ਵੈਲਕਮ ਟੂ ਪੰਜਾਬੀ ਐਜੂਕੇਸ਼ਨ ਦੇ ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਅਸੀਂ ਕਰ ਰਹੇ ਸੀ ਪੰਜਾਬੀ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ। ਸਵੈ ਜੀਵਨੀ ਨਾਲ ਸੰਬੰਧਿਤ ਅਸੀਂ ਸਾਰੇ ਪ੍ਰਸ਼ਨ ਉੱਤਰ ਕਰ ਲਏ ਸੀ। ਜੇ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਆ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਅੱਜ ਕਰਾਂਗੇ ਅਸੀਂ ਵਾਰਤਕ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਡਾਕਟਰ ਨਰਿੰਦਰ ਸਿੰਘ ਕਪੂਰ ਨੇ ਇਹਨਾਂ ਵਿੱਚੋਂ ਕਿਹੜੀ ਸਾਹਿਤ ਵਿਧਾ 'ਤੇ ਕਲਮ ਨਹੀਂ ਅਜਮਾਈ? ਆਪਸ਼ਨ ਆ ਨਿਬੰਧ, ਨਾਟਕ, ਸਫ਼ਰਨਾਮਾ ਜਾਂ ਆਲੋਚਨਾ। ਤਾਂ ਡਾਕਟਰ ਨਰਿੰਦਰ ਕਪੂਰ ਨੇ ਨਿਬੰਧ ਵੀ ਲਿਖੇ ਸੀ, ਸਫ਼ਰਨਾਮਾ ਵੀ ਲਿਖਿਆ ਅਤੇ ਆਲੋਚਨਾ ਖੇਤਰ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਕਿਹੜੀ ਵਿਧਾ 'ਤੇ ਨਹੀਂ ਕਲਮ ਜਮਾਈ? ਤਾਂ ਹੈ ਨਾਟਕ। ਐਡ ਆਪਸ਼ਨ ਠੀਕ ਆ। ਅਗਲਾ ਪ੍ਰਸ਼ਨ ਹੈ, ਡਾਕਟਰ ਕਪੂਰ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ ਸੀ? 1942 ਦੇ ਵਿੱਚ, 1941, 1947 ਜਾਂ 1944 ਦੇ ਵਿੱਚ? ਤਾਂ ਡਾਕਟਰ ਨਰਿੰਦਰ ਕਪੂਰ ਦਾ ਜਨਮ ਹੋਇਆ ਸੀ 1944 ਦੇ ਵਿੱਚ, ਪਿੰਡ ਆਂਦੀ ਅਤੇ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਡਾਕਟਰ ਕਪੂਰ ਨੇ ਕਿੰਨੇ ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ? 7 ਸਾਲ ਦੀ ਉਮਰ ਵਿੱਚ, 10 ਸਾਲ ਦੀ ਉਮਰ ਵਿੱਚ, 9 ਸਾਲ ਦੀ ਉਮਰ ਵਿੱਚ ਜਾਂ 14 ਸਾਲ ਦੀ ਉਮਰ ਵਿੱਚ? ਤਾਂ ਜਿਹੜੇ ਡਾਕਟਰ ਨਰਿੰਦਰ ਕਪੂਰ ਸੀ ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਕੀ ਆ, ਚੰਗੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਹਨਾਂ ਨੇ ਕੀ ਆ 2 ਦਰਜਨ ਤੋਂ ਵੱਧ ਕਿਸਮ ਦੇ ਕੰਮ ਕੀਤੇ ਸੀ। ਅੱਗੇ ਹੈ, ਇਸ ਸਾਹਿਤਕਾਰ ਨੇ ਕਿਹੜੇ ਵਿਸ਼ੇ ਵਿੱਚ MA ਕੀਤੀ ਹੈ? ਅੰਗਰੇਜ਼ੀ, ਫਿਲੋਸਫੀ, ਪੰਜਾਬੀ ਜਾਂ ਇਹ ਸਾਰੇ ਹੀ? ਤਾਂ ਡਾਕਟਰ ਨਰਿੰਦਰ ਕਪੂਰ ਨੇ ਅੰਗਰੇਜ਼ੀ ਦੇ ਵਿੱਚ ਵੀ MA ਕੀਤੀ ਸੀ, ਪੰਜਾਬੀ ਵਿੱਚ ਵੀ ਅਤੇ ਫਿਲੋਸਫੀ ਦੇ ਵਿੱਚ ਵੀ ਕੀਤੀ ਸੀ, ਫਿਰ ਇਸ ਲਈ ਕੀ ਆ ਸੱਸਾ ਆਪਸ਼ਨ ਠੀਕ ਹੋ ਜਾਂਦਾ। ਅੱਗੇ ਹੈ, ਇਸ ਵਿਦਵਾਨ ਦੀ PhD ਕਿਹੜੇ ਵਿਸ਼ੇ ਵਿੱਚ ਹੈ? ਆਪਸ਼ਨ ਏ ਜਰਨਲਿਜ਼ਮ, ਫਿਲੋਸਫੀ, ਪੰਜਾਬੀ ਜਾਂ ਅੰਗਰੇਜ਼ੀ। ਤਾਂ ਡਾਕਟਰ ਕਪੂਰ ਨੇ ਜਰਨਲਿਜ਼ਮ ਦੇ ਵਿੱਚ PhD ਕੀਤੀ ਸੀ, ਇਹਨਾਂ ਤਿੰਨਾਂ ਦੇ ਵਿੱਚ ਕੀ ਆ ਉਹਨਾਂ ਨੇ MA ਕੀਤੀ ਸੀ। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜੀ ਵਾਰਤਕ ਰਚਨਾ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਹੈ? ਵਿਆਖਿਆ, ਘਾਟ ਘਾਟ ਦਾ ਪਾਣੀ, ਅੰਤਰ ਝਾਤ ਵਿਸ਼ਲੇਸ਼ਣ ਜਾਂ ਇਹ ਸਾਰੇ ਹੀ? ਡਾਕਟਰ ਨਰਿੰਦਰ ਕਪੂਰ ਦੀ ਵਿਆਖਿਆ ਵੀ ਆ, ਘਾਟ ਘਾਟ ਦਾ ਪਾਣੀ ਵੀ ਆ ਅਤੇ ਅੰਤਰ ਝਾਤ ਵੀ ਆ, ਇਹ ਸਾਰੀਆਂ ਰਚਨਾਵਾਂ ਹੀ ਉਹਨਾਂ ਦੀਆਂ ਨੇ। ਅੱਗੇ ਹੈ, ਇਹਨਾਂ 'ਚੋਂ ਕਿਹੜੀ ਵਾਰਤਕ ਰਚਨਾ ਦਾ ਲਿਖਾਰੀ ਡਾਕਟਰ ਨਰਿੰਦਰ ਸਿੰਘ ਕਪੂਰ ਨਹੀਂ ਹੈ? ਬੂਹੇ ਬਾਰੀਆਂ ਦਾ, ਡੂੰਘੀਆਂ ਸਿਖਰਾਂ, 10 ਦਰਵਾਜ਼ੇ ਜਾਂ ਸਪਤ੍ਰਿਸ਼ੀ? ਤਾਂ ਇੱਥੇ ਪੁੱਛਿਆ ਨਹੀਂ, ਤਾਂ ਸਪਤ੍ਰਿਸ਼ੀ ਜਿਹੜੀ ਰਚਨਾ ਉਹ ਡਾਕਟਰ ਕਪੂਰ ਦੀ ਨਹੀਂ ਹੈ, ਇਹ ਵੀ ਆਪਣੇ ਸਿਲੇਬਸ ਦੇ ਵਿੱਚ ਰਾਈਟਰ ਹੈਗਾ, ਤੁਸੀਂ ਦੱਸਿਓ ਇਹ ਕਿਹਦੀ ਰਚਨਾ ਸਪਤ੍ਰਿਸ਼ੀ? ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜੀ ਰਚਨਾ ਦਾ ਕਰਤਾ ਡਾਕਟਰ ਨਰਿੰਦਰ ਸਿੰਘ ਕਪੂਰ ਨਹੀਂ ਹੈ? ਸੱਚੋ ਸੱਚ, ਗਿਆਨੀ ਦਿੱਤ ਸਿੰਘ ਜੀਵਨ 'ਤੇ ਰਚਨਾ, ਕੱਲਿਆਂ ਦਾ ਕਾਫਲਾ, ਪੰਜਾਬੀ ਸਾਹਿਤ ਦਾ ਇਤਿਹਾਸ? ਤਾਂ ਸੱਚੋ ਸੱਚ ਰਚਨਾ ਵੀ ਜਿਹੜੀ ਡਾਕਟਰ ਕਪੂਰ ਦੀ ਆ, ਗਿਆਨੀ ਦਿੱਤ ਸਿੰਘ ਵੀ ਹੈਗੀ ਆ ਅਤੇ ਕੱਲਿਆਂ ਦਾ ਕਾਫਲਾ ਵੀ ਹੈ, ਕਿਹੜੀ ਨਹੀਂ ਹੈ? ਪੰਜਾਬੀ ਸਾਹਿਤ ਦਾ ਇਤਿਹਾਸ। ਉਸ ਤੋਂ ਬਾਅਦ ਹੈ, ਡਾਕਟਰ ਕਪੂਰ ਦੀ ਕਿਹੜੀ ਪੁਸਤਕ ਨੂੰ 1997 ਵਿੱਚ ਭਾਸ਼ਾ ਵਿਭਾਗ ਪੰਜਾਬ ਦਾ ਇਨਾਮ ਮਿਲਿਆ ਸੀ? ਅੰਤਰ ਝਾਤ, ਆਮੋ ਸਾਹਮਣੇ, ਵਿਆਖਿਆ ਵਿਸ਼ਲੇਸ਼ਣ ਜਾਂ ਘਾਟ ਘਾਟ ਦਾ ਪਾਣੀ? ਤਾਂ 1997 ਦੇ ਵਿੱਚ ਭਾਸ਼ਾ ਵਿਭਾਗ ਦੇ ਵੱਲੋਂ ਡਾਕਟਰ ਕਪੂਰ ਨੂੰ ਮਿਲਿਆ ਸੀ ਆਮੋ ਸਾਹਮਣੇ ਦੇ ਲਈ
ਇਨਾਮ ਮਿਲਿਆ ਸੀ। ਇਹ ਸਾਰੇ ਯਾਦ ਰੱਖ ਲਿਓ, ਕਿਹੜੀਆਂ ਕਿਹੜੀਆਂ ਰਚਨਾਵਾਂ ਡਾਕਟਰ ਕਪੂਰ ਦੀਆਂ ਨੇ। ਅੰਤਰਜਾਤ, ਆਮੋ ਸਾਹਮਣੇ, ਵਿਆਖਿਆ ਵਿਸ਼ਲੇਸ਼ਣ, ਘਾਟ ਘਾਟ ਦਾ ਪਾਣੀ, ਇਹਨਾਂ ਦੇ ਵਿੱਚ ਵੀ ਆ ਸਾਰੇ ਸੱਚੋ ਸੱਚ, ਗਿਆਨੀ ਦਿੱਤ ਸਿੰਘ ਜੀਵਨ ਅਤੇ ਰਚਨਾ, ਕੱਲਿਆਂ ਦਾ ਕਾਫਲਾ। ਇੱਕ ਕੁਸ਼ਚਨ ਦੇ ਵਿੱਚ ਹੀ ਕਿੰਨੇ ਕੁਸ਼ਚਨ ਹੋਰ ਬਣ ਜਾਂਦੇ ਆ। ਜਿਵੇਂ ਅਗਲਾ ਪ੍ਰਸ਼ਨ ਹੈ, ਪੰਜਾਬੀ ਸਾਹਿਤ ਸਭਾ ਲੰਡਨ ਨੇ 1987 ਵਿੱਚ ਡਾਕਟਰ ਕਪੂਰ ਦੀ ਕਿਹੜੀ ਵਾਰਤਕ ਰਚਨਾ ਨੂੰ ਪੁਰਸਕਾਰ ਦਿੱਤਾ ਸੀ? ਕੱਲਿਆਂ ਦਾ ਕਾਫਲਾ, ਰਾਹ ਰਸਤੇ, ਬੂਹੇ ਬਾਰੀਆਂ, ਸੱਚੋ ਸੱਚ। ਤਾਂ 1987 ਦੇ ਵਿੱਚ ਡਾਕਟਰ ਕਪੂਰ ਨੂੰ ਮਿਲਿਆ ਸੀ ਬੂਹੇ ਬਾਰੀਆਂ ਦੇ ਲਈ, ਅਤੇ 1997 ਦੇ ਵਿੱਚ ਮਿਲਿਆ ਸੀ ਆਮੋ ਸਾਹਮਣੇ ਦੇ ਲਈ। ਅੱਗੇ ਹੈ, ਡਾਕਟਰ ਕਪੂਰ ਦੁਆਰਾ ਲਿਖੇ ਸਫ਼ਰਨਾਮੇ ਦਾ ਕੀ ਨਾਂ ਹੈ? ਘਾਟ ਘਾਟ ਦਾ ਪਾਣੀ, ਰਾਹ ਰਸਤੇ, ਸੱਚੋ ਸੱਚ ਜਾਂ ਬੂਹੇ ਬਾਰੀਆਂ? ਇਹ ਸਾਰੀਆਂ ਰਚਨਾਵਾਂ ਤਾਂ ਡਾਕਟਰ ਕਪੂਰ ਦੀਆਂ, ਇਹਨਾਂ ਵਿੱਚੋਂ ਸਫ਼ਰਨਾਮਾ ਕਿਹੜਾ ਸੀ? ਸੱਚੋ ਸੱਚ। ਅੱਗੇ ਹੈ, ਆਪਣੀ ਕਿਹੜੀ ਪੁਸਤਕ ਵਿੱਚ ਡਾਕਟਰ ਕਪੂਰ ਨੇ ਕਿਸੇ ਘਟਨਾ ਜਾਂ ਕਹਾਣੀ ਦੀ ਆੜ ਵਿੱਚ ਆਪਣੇ ਵਿਚਾਰ ਪ੍ਰਗਟਾਏ ਹਨ? ਅੰਤਰਜਾਤ, ਬੂਹੇ ਬਾਰੀਆਂ, ਆਮੋ ਸਾਹਮਣੇ ਜਾਂ ਵਿਆਖਿਆ ਵਿਸ਼ਲੇਸ਼ਣ? ਇਹਦਾ ਸਹੀ ਆਂਸਰ ਹੈ ਐੜਾ, ਬੂਹੇ ਬਾਰੀਆਂ ਦੇ ਵਿੱਚ ਡਾਕਟਰ ਕਪੂਰ ਨੇ ਵੀ ਕਿਸੇ ਵੀ ਘਟਨਾ ਨੂੰ ਕਹਾਣੀ ਦੀ ਤਰ੍ਹਾਂ ਪੇਸ਼ ਕੀਤਾ। ਅੱਗੇ ਹੈ, ਡਾਕਟਰ ਕਪੂਰ ਨੇ ਕਿਹੜਾ ਇਤਿਹਾਸ ਲਿਖਿਆ ਹੈ? ਆਧੁਨਿਕ ਪੰਜਾਬੀ ਕਵਿਤਾ ਦਾ, ਆਧੁਨਿਕ ਪੰਜਾਬੀ ਨਾਟਕ ਦਾ, ਆਧੁਨਿਕ ਪੰਜਾਬੀ ਇਕਾਂਗੀ ਦਾ ਜਾਂ ਪੰਜਾਬੀ ਪੱਤਰਕਾਰੀ ਦਾ? ਤਾਂ ਡਾਕਟਰ ਕਪੂਰ ਨੇ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਲਿਖਿਆ ਸੀ। ਨੈਕਸਟ ਪ੍ਰਸ਼ਨ ਹੈ, ਇਹਨਾਂ 'ਚੋਂ ਕਿਹੜੇ ਸਾਹਿਤਕਾਰ ਹੈ ਜਿਸ ਨੇ ਆਪਣੀ ਵਾਰਤਕ ਵਿੱਚ ਪਾਠਕਾਂ ਨੂੰ ਅਮਰੀਕਾ ਦੀ ਸੈਰ ਕਰਵਾਈ? ਸਰਦਾਰ ਗੁਰਬਖਸ਼ ਸਿੰਘ, ਬਲਵੰਤ ਗਾਰਗੀ ਜਾਂ ਨਰਿੰਦਰ ਕਪੂਰ ਜਾਂ ਇਹ ਸਾਰੇ ਹੀ? ਡਾਕਟਰ ਨਰਿੰਦਰ ਕਪੂਰ ਨੇ ਤਾਂ ਆਪਣੇ ਸਫ਼ਰਨਾਮੇ ਸੱਚੋ ਸੱਚ ਦੇ ਵਿੱਚ ਅਮਰੀਕਾ ਦੀ ਸੈਰ ਕਰਵਾਈ ਸੀ। ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਬਲਵੰਤ ਗਾਰਗੀ ਨੇ ਵੀ ਸਫ਼ਰਨਾਮੇ ਲਿਖੇ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਅਮਰੀਕਾ ਦੀ ਸੈਰ ਕਰਵਾਈ। ਅਤੇ ਉਹਨਾਂ ਨੇ ਕਿਹੜੇ ਸਫ਼ਰਨਾਮੇ ਲਿਖੇ ਇਹ ਤੁਸੀਂ ਦੱਸਣਾ ਕਮੈਂਟ ਕਰਕੇ। ਅੱਗੇ ਹੈ, ਡਾਕਟਰ ਕਪੂਰ ਨੇ ਆਪਣੇ ਸਫ਼ਰਨਾਮੇ ਵਿੱਚ ਕਿਹੜੇ ਦੇਸ਼ ਬਾਰੇ ਜਾਣਕਾਰੀ ਦਿੱਤੀ? ਅਮਰੀਕਾ, ਇੰਗਲੈਂਡ, ਫਰਾਂਸ, ਕੁਵੈਤ ਜਾਂ ਇਹ ਸਾਰੇ ਹੀ? ਤਾਂ ਡਾਕਟਰ ਕਪੂਰ ਸੀ ਜਿਹੜੇ, ਉਹਨਾਂ ਨੇ ਆਪਣੇ ਸਫ਼ਰਨਾਮੇ ਦੇ ਵਿੱਚ ਅਮਰੀਕਾ ਦੇ ਬਾਰੇ ਤਾਂ ਦੱਸਿਆ ਹੀ ਹੈ, ਇਸ ਤੋਂ ਇਲਾਵਾ ਉਹਨਾਂ ਨੇ ਇੰਗਲੈਂਡ, ਫਰਾਂਸ ਅਤੇ ਕੁਵੈਤ ਦੇ ਸਫ਼ਰ ਬਾਰੇ ਵੀ ਆਪਣੇ ਸਫ਼ਰਨਾਮੇ ਦੇ ਵਿੱਚ ਕੀ ਆ ਜਾਣਕਾਰੀ ਦਿੱਤੀ ਆ। ਅੱਗੇ ਹੈ, ਲੇਖਕ ਡਾਕਟਰ ਕਪੂਰ ਨੇ ਆਪਣੇ ਸਫ਼ਰਨਾਮੇ ਵਿੱਚ ਭਾਰਤੀ ਸਮਾਜ ਦੇ ਕਿਹੜੇ ਪੱਖਾਂ ਦੀਆਂ ਘਾਟਾਂ ਦਰਸਾਈਆਂ ਨੇ? ਜਨ ਜੀਵਨ ਦੀਆਂ, ਊੜਾ ਅਤੇ ਈੜੀ ਦੋਨੋਂ, ਜਾਂ ਵਿਸ਼ਵ ਵਿਵਸਥਾ ਅਤੇ ਜਾਂ ਊੜਾ ਅਤੇ ਈੜੀ ਦੋਨੋਂ ਹੀ ਨਹੀਂ? ਤਾਂ ਇਹਦਾ ਸਹੀ ਆਂਸਰ ਹੈ ਐੜਾ। ਡਾਕਟਰ ਕਪੂਰ ਨੇ ਆਪਣੇ ਸਫ਼ਰਨਾਮੇ ਦੇ ਵਿੱਚ ਪੰਜਾਬੀ ਜਨ ਜੀਵਨ ਬਾਰੇ ਅਤੇ ਉੱਥੋਂ ਦੀ ਜਿਹੜੀ ਵਿਸ਼ਵ ਵਿਵਸਥਾ ਸੀ ਉਹਨਾਂ ਦੋਨਾਂ ਬਾਰੇ ਜਾਣਕਾਰੀ ਦਿੱਤੀ ਆ। ਅਗਲਾ ਪ੍ਰਸ਼ਨ ਹੈ, ਡਾਕਟਰ ਕਪੂਰ ਆਪਣੀ ਵਾਰਤਕ ਵਿੱਚ ਡੈਸ਼ ਹੁੰਦਿਆਂ ਹੋਇਆਂ ਵੀ ਇਸ ਨੂੰ ਬੋਝਲ ਨਹੀਂ ਹੋਣ ਦਿੰਦਾ। ਆਪਸ਼ਨ ਨੇ ਤੱਥ, ਇਤਿਹਾਸਿਕ ਵੇਰਵੇ, ਦਾਰਸ਼ਨਿਕਤਾ ਜਾਂ ਮਿਥਿਹਾਸ। ਤਾਂ ਜਿਹੜੇ ਡਾਕਟਰ ਕਪੂਰ ਸੀ ਉਹ ਆਪਣੀ ਵਾਰਤਕ ਦੇ ਵਿੱਚ ਦਾਰਸ਼ਨਿਕਤਾ ਹੁੰਦਿਆਂ ਹੋਇਆਂ ਵੀ ਉਸਨੂੰ ਕੀ ਆ ਬੋਝਲ ਨਹੀਂ ਹੋਣ ਦਿੰਦੇ। ਹੁਣ ਕਰਦੇ ਹਾਂ ਗਿਆਨੀ ਗੁਰਦਿੱਤ ਸਿੰਘ ਦੀ ਵਾਰਤਕ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਸਾਡਾ ਪਹਿਲਾ ਪ੍ਰਸ਼ਨ ਹੈ, ਗਿਆਨੀ ਗੁਰਦਿੱਤ ਸਿੰਘ ਕਿਸ ਵਿਸ਼ੇ ਨਾਲ ਜੁੜਿਆ ਸਾਹਿਤਕਾਰ ਹੈ? ਨਿਬੰਧ, ਖੋਜ, ਪੱਤਰਕਾਰੀ ਅਤੇ ਲਿਪੀ ਜਾਂ ਇਹ ਸਾਰੇ ਹੀ? ਤਾਂ ਗਿਆਨੀ ਗੁਰਦਿੱਤ ਸਿੰਘ ਨੇ ਨਿਬੰਧ ਵੀ ਲਿਖੇ ਸੀ ਅਤੇ ਉਹ ਇੱਕ ਖੋਜੀ ਵੀ ਸੀ, ਪੱਤਰਕਾਰੀ ਦੇ ਖੇਤਰ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਸੀ। ਇਸ ਲਈ ਸਹੀ ਆਪਸ਼ਨ ਕਿਹੜੀ ਹੈ? ਸੱਸਾ।
ਗਿਆਨੀ ਗੁਰਦਿੱਤ ਸਿੰਘ ਦਾ ਜਨਮ ਹੋਇਆ ਸੀ 24 ਫਰਵਰੀ ਅਤੇ ਕਿਹੜੇ ਸਾਲ ਵਿੱਚ ਹੋਇਆ ਸੀ? 1920 ਦੇ ਵਿੱਚ, 1924, 1926 ਜਾਂ 1922? ਤਾਂ ਗਿਆਨੀ ਗੁਰਦਿੱਤ ਸਿੰਘ ਦਾ ਜਨਮ ਹੋਇਆ ਸੀ 24 ਫਰਵਰੀ 1924 ਈਸਵੀ ਨੂੰ। ਅੱਗੇ ਹੈ, ਇਸ ਲੇਖਕ ਨੇ 1947 ਤੋਂ ਕਿਹੜਾ ਅਖਬਾਰ ਕੱਢਿਆ ਸੀ? ਪੰਜਾਬੀ ਟ੍ਰਿਬਿਊਨ, ਜਥੇਦਾਰ, ਅਕਾਲੀ ਪੱਤ੍ਰਿਕਾ ਜਾਂ ਪ੍ਰਕਾਸ਼? ਤਾਂ ਗਿਆਨੀ ਗੁਰਦਿੱਤ ਸਿੰਘ ਨੇ 1947 ਦੇ ਵਿੱਚ ਜਿਹੜਾ ਪ੍ਰਕਾਸ਼ ਅਖਬਾਰ ਕੱਢਿਆ ਸੀ। ਅਤੇ ਇਹ ਪ੍ਰਕਾਸ਼ ਅਖਬਾਰ ਕਦੋਂ ਤੋਂ ਕਦੋਂ ਤੱਕ ਹਫ਼ਤਾਵਾਰੀ ਪ੍ਰਕਾਸ਼ਿਤ ਹੁੰਦਾ ਰਿਹਾ ਸੀ? 1961 ਤੋਂ 1977 ਤੱਕ, 1964 ਤੋਂ 1978 ਤੱਕ, ਅਤੇ 1962 ਤੋਂ 1978 ਤੱਕ, 1965 ਤੋਂ 1980 ਤੱਕ? ਅਤੇ ਜਿਹੜਾ ਪ੍ਰਕਾਸ਼ ਅਖਬਾਰ ਸੀ ਇਹ 1947 ਤੋਂ 1961 ਤੱਕ ਤਾਂ ਜਿਹੜਾ ਕਿ ਰੋਜ਼ਾਨਾ ਹੀ ਪ੍ਰਕਾਸ਼ਿਤ ਹੁੰਦਾ ਰਿਹਾ, ਅਤੇ ਉਸ ਤੋਂ ਬਾਅਦ ਜਦੋਂ 1961 ਤੋਂ ਲੈ ਕੇ 1977 ਤੱਕ ਹਫ਼ਤਾਵਾਰੀ ਪ੍ਰਕਾਸ਼ਿਤ ਹੁੰਦਾ ਰਿਹਾ ਸੀ। ਗਿਆਨੀ ਗੁਰਦਿੱਤ ਸਿੰਘ ਦੀ ਸ਼ਾਹਕਾਰ ਰਚਨਾ ਦਾ ਕੀ ਨਾਂ ਹੈ? ਸਾਡਾ ਪਿੰਡ, ਪਿੰਡਾਂ 'ਚੋਂ ਪਿੰਡ, ਮੇਰਾ ਪਿੰਡ ਜਾਂ ਉੱਚਾ ਪਿੰਡ? ਤਾਂ ਗਿਆਨੀ ਗੁਰਦਿੱਤ ਸਿੰਘ ਦੀ ਜਿਹੜੀ ਸ਼ਾਹਕਾਰ ਰਚਨਾ ਉਹ ਕਿਹੜੀ ਹੈ? ਮੇਰਾ ਪਿੰਡ। ਮੇਰਾ ਪਿੰਡ ਪੁਸਤਕ ਅੱਜ ਤੋਂ ਲਗਭਗ ਕਿੰਨੇ ਕੁ ਸਾਲ ਪਹਿਲਾਂ ਲਿਖੀ ਗਈ? 10 ਸਾਲ ਪਹਿਲਾਂ ਹੈ, 50 ਸਾਲ ਪਹਿਲਾਂ, 20 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ? ਤਾਂ ਜਿਹੜੀ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਆ ਮੇਰਾ ਪਿੰਡ, ਅੱਜ ਤੋਂ 50 ਸਾਲ ਪਹਿਲਾਂ ਲਿਖੀ ਗਈ ਹੈ। ਭਾਵੇਂ 50 ਸਾਲ ਪਹਿਲਾਂ ਲਿਖੀ ਗਈ ਹੈ ਪਰ ਫਿਰ ਵੀ ਉਹ ਅੱਜ ਤੱਕ ਵੀ ਪੁਰਾਣੀ ਨਹੀਂ ਹੋਈ। ਅਤੇ ਇਸ ਪੁਸਤਕ ਦੇ ਵਿੱਚ ਕੀ ਆ, ਸਮਕਾਲੀ ਪੰਜਾਬ ਦੇ ਜਿਹੜਾ ਸੱਭਿਆਚਾਰ ਆ, ਲੋਕਧਾਰਾ ਏ, ਉਸਨੂੰ ਬੜੇ ਕਲਾਮਈ ਢੰਗ ਦੇ ਨਾਲ ਪੇਸ਼ ਕੀਤਾ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਮੇਰਾ ਪਿੰਡ ਪੁਸਤਕ ਵਿੱਚ ਇਹਨਾਂ 'ਚੋਂ ਕਿਹੜੇ ਵਿਸ਼ੇ ਬਾਰੇ ਸਮੱਗਰੀ ਸ਼ਾਮਿਲ ਨਹੀਂ ਹੈ? ਤਾਂ ਮੇਰਾ ਸੋਰੀ ਪਿੰਡ ਦੇ ਸਾਧ ਸੰਤ, ਲੇਖਕ ਦੇ ਵੱਡੇ ਵਡੇਰੇ, ਪਿੰਡ ਦੇ ਵਹਿਮ ਭਰਮ ਜਾਂ ਪਿੰਡ 'ਚੋਂ ਬਣੇ ਮੰਤਰੀ? ਤਾਂ ਲੇਖਕ ਨੇ ਮੇਰਾ ਪਿੰਡ ਪੁਸਤਕ ਦੇ ਵਿੱਚ ਪਿੰਡ ਦੇ ਸਾਧਾ ਸੰਤਾਂ ਬਾਰੇ ਵੀ ਗੱਲ ਕੀਤੀ ਹੈ, ਵੱਡੇ ਵਡੇਰਿਆਂ ਬਾਰੇ ਵੀ ਹੈ, ਪਿੰਡ ਦੇ ਵਿੱਚ ਜੋ ਵਹਿਮ ਭਰਮ ਆ ਉਹਨਾਂ ਬਾਰੇ ਵੀ ਉਸਨੇ ਜਾਣਕਾਰੀ ਦਿੱਤੀ ਹੈ, ਅਤੇ ਕਿਹੜਾ ਨਹੀਂ ਹੈ ਉਹ ਹੈ ਪਿੰਡ 'ਚੋਂ ਬਣੇ ਮੰਤਰੀ। ਅੱਗੇ ਹੈ, ਮੇਰਾ ਪਿੰਡ ਪੁਸਤਕ ਨੂੰ ਅਸੀਂ ਮੁੱਖ ਤੌਰ 'ਤੇ ਪੁਰਾਣੇ ਪੰਜਾਬ ਦੀ ਕਿਹੜੀ ਚੀਜ਼ ਦਾ ਸੋਮਾ ਆਖ ਸਕਦੇ ਹਾਂ? ਸੱਭਿਆਚਾਰ, ਲੋਕਧਾਰਾ, ਆਰਥਿਕ ਦਸ਼ਾ ਜਾਂ ਊੜਾ ਅਤੇ ਐੜਾ, ਦੋਵੇਂ ਹੀ? ਤਾਂ ਮੇਰਾ ਪਿੰਡ ਪੁਸਤਕ ਦੇ ਵਿੱਚ ਕੀ ਆ, ਪੰਜਾਬ ਦੀ ਸੱਭਿਆਚਾਰ ਅਤੇ ਲੋਕਧਾਰਾ ਦੀ ਸਾਨੂੰ ਝਲਕ ਵੇਖਣ ਨੂੰ ਮਿਲਦੀ ਹੈ। ਅਗਲਾ ਪ੍ਰਸ਼ਨ ਹੈ, ਵਿਦਵਾਨਾਂ ਨੇ ਮੇਰਾ ਪਿੰਡ ਨੂੰ ਪੰਜਾਬੀ ਸੱਭਿਆਚਾਰ ਦਾ ਕੀ ਆਖਿਆ ਹੈ? ਦਰਿਆ, ਵਿਸ਼ਵਕੋਸ਼, ਤਲਾਅ ਜਾਂ ਜਲਧਾਰਾ? ਤਾਂ ਇਹਦਾ ਸਹੀ ਆਂਸਰ ਹੈ ਵਿਸ਼ਵਕੋਸ਼। ਇਸ ਤਰ੍ਹਾਂ ਵੀ ਪ੍ਰਸ਼ਨ ਪੁੱਛ ਸਕਦੇ ਆ ਕਿ ਗਿਆਨੀ ਗੁਰਦਿੱਤ ਸਿੰਘ ਦੀ ਕਿਹੜੀ ਪੁਸਤਕ ਨੂੰ ਪੰਜਾਬੀ ਸੱਭਿਆਚਾਰ ਦਾ ਵਿਸ਼ਵਕੋਸ਼ ਕਿਹਾ ਜਾਂਦਾ? ਤਾਂ ਕਿਹੜੀ ਪੁਸਤਕ ਆ? ਮੇਰਾ ਪਿੰਡ। ਅੱਗੇ ਹੈ, ਮੇਰਾ ਪਿੰਡ ਪੁਸਤਕ ਵਿੱਚ ਲੇਖਕ ਨੇ ਪੰਜਾਬ ਦੇ ਕਿਹੜੇ ਭੂਖੰਡ ਦੇ ਇੱਕ ਪਿੰਡ ਨੂੰ ਕੇਂਦਰ ਬਣਾਇਆ ਹੈ? ਮਾਝਾ, ਪੁਆਧ, ਮਾਲਵਾ ਜਾਂ ਦੁਆਬਾ? ਤਾਂ ਇਹਦਾ ਸਹੀ ਆਂਸਰ ਹੈ ਮਾਲਵਾ। ਲੇਖਕ ਨੇ ਮਾਲਵੇ ਦੇ ਇੱਕ ਪਿੰਡ ਨੂੰ ਕੇਂਦਰ ਵਿੱਚ ਰੱਖ ਕੇ ਉੱਥੋਂ ਦਾ ਜੋ ਵੀ ਪੰਜਾਬੀ ਸੱਭਿਆਚਾਰ ਸੀ, ਰਹਿਣ ਸਹਿਣ ਸੀ, ਉਸਨੂੰ ਬੜੇ ਹੀ ਕਲਾਮਈ ਢੰਗ ਦੇ ਨਾਲ ਇਸ ਪੁਸਤਕ ਦੇ ਵਿੱਚ ਪੇਸ਼ ਕੀਤਾ ਹੋਇਆ ਹੈ। ਅੱਗੇ ਹੈ, ਮੇਰਾ ਪਿੰਡ ਲੇਖਕ ਦੇ ਕਿਹੜੇ ਗੁਣ ਦੀ ਦੱਸ ਪਾਉਂਦਾ ਹੈ? ਪੰਜਾਬੀ ਸੱਭਿਆਚਾਰ ਪ੍ਰਤੀ ਨਿਸ਼ਠਾ, ਡੂੰਘੀ ਸੂਝ, ਸੁਗੜਤਾ ਅਤੇ ਸਿਆਣਪ, ਪੰਜਾਬੀ ਲੋਕ ਜੀਵਨ ਨਾਲ ਨੇੜਤਾ
ਜਾਂ ਇਹ ਸਾਰੇ ਹੀ? ਤਾਂ ਦਾ ਸਹੀ ਆਂਸਰ ਹੈ ਸੱਸਾ। ਇਹਨਾਂ ਸਾਰਿਆਂ ਬਾਰੇ ਹੀ ਜਿਹੜੀ ਲੇਖਕ ਦੀ ਪੁਸਤਕ ਆ ਮੇਰਾ ਪਿੰਡ, ਉਸ ਦਾ ਵਰਣਨ ਕੀਤਾ ਹੋਇਆ ਹੈ। ਅੱਗੇ, ਆਪਣੀ ਕਿਹੜੀ ਗੱਲ ਕਾਰਨ ਮੇਰਾ ਪਿੰਡ ਅਣਗਿਣਤ ਪਾਠਕਾਂ ਦੀ ਖਿੱਚ ਦਾ ਕਾਰਨ ਬਣੀ? ਵਿਸ਼ਾ ਵਸਤੂ ਕਰਕੇ, ਵਿਗਿਆਨ ਸੰਬੰਧੀ ਗਿਆਨ, ਜਾਂ ਊੜਾ ਅਤੇ ਸੱਸਾ ਦੋਨੋਂ, ਜਾਂ ਦਿਲ ਖਿੱਚਵੀਂ ਸ਼ੈਲੀ? ਤਾਂ ਇਹਦਾ ਸਹੀ ਆਂਸਰ ਹੈ ਈਡੀ। ਇਸਦੀ ਵਿਸ਼ੇ ਵਸਤੂ ਕਰਕੇ ਅਤੇ ਇਹਦੀ ਦਿਲ ਖਿੱਚਵੀਂ ਸ਼ੈਲੀ ਦੇ ਕਰਕੇ ਜਿਹੜੀ ਹੈ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਅੱਗੇ ਹੈ, ਇਹਨਾਂ 'ਚੋਂ ਕਿਹੜੀ ਪੁਸਤਕ ਗਿਆਨੀ ਗੁਰਦਿੱਤ ਸਿੰਘ ਹੋਰਾਂ ਦੀ ਲਿਖੀ ਹੋਈ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ। ਤਾਂ ਗਿਆਨੀ ਗੁਰਦਿੱਤ ਸਿੰਘ ਦੀ ਜਿਹੜੀ ਪੁਸਤਕ ਆ ਉਹ ਕਿਹੜੀ ਹੈ? ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ। ਅੱਗੇ, ਇਹਨਾਂ 'ਚੋਂ ਕਿਸ ਬਾਣੀ ਉੱਤੇ ਗਿਆਨੀ ਗੁਰਦਿੱਤ ਸਿੰਘ ਨੇ ਪੁਸਤਕ ਲਿਖੀ ਸੀ? ਜਪਜੀ ਸਾਹਿਬ, ਮੁਦਾਵਨੀ, ਸੁਖਮਨੀ ਸਾਹਿਬ, ਜਾਂ ਆਨੰਦ ਸਾਹਿਬ? ਤਾਂ ਇਹਦਾ ਸਹੀ ਆਂਸਰ ਹੈ ਐੜਾ, ਮੁਦਾਵਨੀ। ਇਹ ਵੀ ਤੁਸੀਂ ਦੱਸਿਓ ਕਿ ਮੁਦਾਵਨੀ ਕਿਹੜੇ ਗੁਰੂ ਦੀ ਬਾਣੀ ਹੈ? ਜੇ ਤਾਂ ਪ੍ਰਸ਼ਨ ਪੁੱਛੇ ਮੁਦਾਵਨੀ ਪੁਸਤਕ ਕਹਿੰਦੀ ਹੈ ਤਾਂ ਗਿਆਨੀ ਗੁਰਦਿੱਤ ਸਿੰਘ ਦੀ, ਅਤੇ ਮੁਦਾਵਨੀ ਬਾਣੀ ਕਹਿੰਦੀ ਹੈ, ਇਹ ਤੁਸੀਂ ਦੱਸਣਾ ਕਮੈਂਟ ਕਰਕੇ। ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਵਿਸ਼ੇ ਨਾਲ ਸੰਬੰਧਿਤ ਪੁਸਤਕ ਹੈ? ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ, ਭਗਤ ਬਾਣੀ ਨਾਲ, ਗੁਰੂ ਅਮਰਦਾਸ ਜੀ ਦੀ ਬਾਣੀ ਨਾਲ, ਜਾਂ ਭੱਟ ਬਾਣੀ ਦੇ ਨਾਲ? ਤਾਂ ਇਹਦਾ ਸਹੀ ਆਂਸਰ ਹੈ ਐੜਾ। ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਆ, ਭਗਤਾਂ ਦੀ ਬਾਣੀ ਨੂੰ ਪੇਸ਼ ਕੀਤਾ ਹੋਇਆ, ਅਤੇ ਜਿਹੜੀ ਮੁਦਾਵਣੀ ਪੁਸਤਕ ਆ ਇਹਦੇ ਵਿੱਚ ਉਹਨੇ ਕੀ ਆ, ਗੁਰਬਾਣੀ ਦੀ ਖੋਜ ਨਾਲ ਜਿਹੜੀ ਆ ਇਹ ਜੁੜੀ ਹੋਈ ਪੁਸਤਕ ਆ। ਇਹ ਸਨ ਸਾਡੇ ਅੱਜ ਦੇ ਪ੍ਰਸ਼ਨ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਨਾ, ਨਾਲ ਹੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਥੈਂਕ ਯੂ।